ਬਹਾਨ ਹੋ ਗਈ ਆਈ ਬੱਚੇ ਕੀ ਨੀਤ ਛੱਡਣੂ ਜੋ ਪਾਣ ਆਪਾਂ ਸ਼ਬਦ ਦੁਆ ਕਰ ਕਿਤਰਾ ਹੀ ਆਵਾਂ ਕਿ ਜਾਂ ਤੂੰ ਜੋ ਬੱਚ ਦੁਆ ਕਰ ਖਸੂ ਕਹਿੰਦਾ ਵਿਆਹ ਗਾਣੇ ਵਾਲਾ ਪਾਂਕੀ ਅੱਛੇ ਆ ਮੋਟ ਕਹਿੰਦੇ ਸਾਰੀ ਜਿੰਦਾ ਕਹਿੰਦਾ ਸਾਈ ਫਲਾਂ ਨੂੰ ਬੀਜ ਹੀ ਨਾ ਤੁਸੀਂ ਵੱਡੀ ਕੀ ਸੀ ਤਰੇ ਦੀ ਤਾਂ ਮੈਂ ਸੂਖ ਵਾਜਿਬ ਹੈ ਬਣਾ ਵਿਆਹ ਕੰਮ ਮੈਂ ਸ਼ੱਕ ਕਰ ਪਿਆ ਹੈ ਨਸੀ ਇਹਦਾ ਚੱਲ ਜਾ ਤਰੇ ਦੀ ਤਾਂ ਸੂਖ ਹੈ ਤੁਸੀਂ ਦੀ ਖਤਮ ਹੋ ਗਈ ਅਸੀਂ ਵਿਚਾਰੇ ਬੀਜ ਉਹਨਾਂ ਦੇ ਕੰਮ ਹੋ ਅਜਾ ਕੰਮ ਇਹਨਾਂ ਦੇ ਖਪਿਆ ਅਜਾ ਇਹਨਾਂ ਚ ਬਈ ਪੀਤੀ ਹੁੰਦੀ ਤੂੰ ਖਸ ਪੈ ਸੁਣਦੀ ਜਰਾ ਵਾਲੀ ਆਸ ਹੈ ਪਾ ਉਹਨੇ ਕੀ ਤੁਹਾਨੂੰ ਨਾਮ અરે જગ પડી તું ને તું પુત્ર નમાજે જાણવા જવા તું ઓલાદ એ ઓલાદ પાલા કરે બુજહાને જી અઝાબ અને રસવાઈ દુનિયામાં હી મને તકલીફો અને મુસીબતો યાદ રાખો અલ્લાહ માશાલ્લાહ એ ઓલાદ જો દુનિયામાં જે કી કરતું કારા કરી હતી યાદ રાખ કયામત સુધી અલ્લાહ તાલા તોકે પૂછદો જો તોજે હિન ઓલાદ કે કોણ સુધારે જો દુનિયામાં એક જિંદગી અને પાલા કરે આઝાદ થાય કિસી ઉમર રસવાઈ હોય દુનિયા મોહતરમ સામી અગર એની બચ્ચા એક પાં દીની તાલીમ દે મઝહબી સંસ્કાર વિજો ઘર મેં પણ અહીંયા મઝહબી સંસ્કાર કે અપનાયો તો ઈ બચ્ચા જો કોઈ એની જે દિલે જે મિજારા ઇસ્લામ જે અઝમત અચી દી કે એક દીનદાર થીંદા ખુદા જો ખોફ હુંદો અહીં પેન જોકો શિક્ષણ નાય ના 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 અહીં પેન માઇકલ યાદવ ક્યાં હે ਨਿੱਕੀ ਕਿਉਂ ਬਣਿਆ ਕਿ ਤੁਹਾਡਾ ਵਧੀ ਅਚੋ ਜੰਗਲ ਮੈਂ ਬਗਾੜ ਫਾੜੀ ਜਾਨ ਸੁੱਟੇ ਪਾਂ ਤੇ ਖੂਨ ਦੀ ਵਧ ਨ ਪਏ ਅਨੇ ਕੋਈ ਪਹੁੰਚਾਉਂਦਾ ਸੀ ਦਾਦ ਚੋ ਮੈਂ ਨਿਕਲੀ ਹੋ ਬਗਾੜ ਫਾੜੀ ਖਤਰਨਾਕ ਬਗਾੜੀ ਔਲਾਦ ਅਖਲਾਕੀ ਸੰਸਕਾਰ ਵਜੋ ਉਮਦਾ ਉੱਚ ਅਦਤੂ ਪੈਦਾ ਕਰਾਇਓ ਜਦ ਅੱਜ ਘਰ ਜੋ ਮਾਹੌਲ ਜਿਹੜੋ ਰੱਖਦਾ ਤੇ ਬੱਚਾ ਉਹਨਾਂ ਦੀ ਮਿਜਾਜ ਤਾਲੀਮ ਦਿੰਦਾ ਹੈ